السلام علیکم آج کا ولوگ شروع کرن تو پہلے ساکو دے گینو اس تو بعد آج تو کو اسا دکھاون والے ہیں کنک دے بارے کو جس اپ دی ترپین تے چکے ہیں تو اس کے دکھنے کیا ماحول ہے کتھا کیویں کیویں پانی لگا پیا ہے کیویں مزرے کتنی کھاد لئی آنن اور دیکھ سکدے وے سولر ماشاءاللہ دیکھ سکدے اتنا پانی چلدا پیا اور ٹائم تھی گیا 12:30 ٹائم तो सारे नाल जुड़े रहो असा तो दिखावन वाले हैं बहुत कुछ और असा हूँ वेंदे पे मजेरिया कोल भी पुछदे उन्हां कोल हाँ जी किवें किवें लई खड़े वे पानी सदा दादी थी आए भी कहानी ते दे दे माशाल्लाह बहुत प्यारी कपाह कणा के और इत्थों खड़े मजेरिया ने पानी लोड़ है और जाते ओ बैठा मजेरा पानी ले बैठा है ਪੰਜ ਦਿਨ ਦੀ ਕਲਾਸ ਲੈਣਾ ਇਹ ਨੱਕੇ ਤੇ ਪਹੁੰਚਿਆ ਮੈਂ ਤੋ ਇਹ ਬੜੀ ਸਪੀਡ ਦਾ ਇਤਨਾ ਵੱਡਾ ਨੱਕਾ ਖੁੱਲ੍ਹਾ ਖੜਾ ਹੈ ਔਰ ਇਹ ਕਿਆਰੇ ਨਾਲ ਵਹਿੰਦਾ ਵੇ ਲਾਸਟ ਕਿਆਰਾ ਔਰ ਇਹ ਦੇਖ ਸਕਦੇ ਹੋ ਪਾਣੀ ਅਭੀ ਲੱਗ ਚੁੱਕਾ ਹੈ ਕੀ ਉਹ ਬੈਠਾ ਵੀ ਇਹਦੀ ਕਲਾਸ ਲੈਣਾ ਇਤਨਾ ਪਾਣੀ ਮਹਿੰਗਾ ਹੈ ਤੁਸਾਂ ਲੋੜੀ ਰੱਖਦੇ ਵੇ अभी लेना क्या रे जो है रे की जो है लुड़ा खड़ा है और ए लुड़ा खड़ा है भाई यार तू क्यों जब बंदा उठे जाके बह गया यार वगा 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 है रे वो क्या रहा वो दूसरा वाल भरे दिया अच्छा ना ओ पानी उठू कर लुड़ा है ओ ऊ जगह तू ओ के में लुड़ा है बोलो चूहे दिखा दई अच्छा यार देखना चाहिए था एहतियात करना चाहिए था देखो हुन ए तो चूहे दिखा नहीं ਦੇਖ ਸਕਦੇ ਵੇ ਇਹ ਦੇਖ ਇਹ ਹਾਲਾਤ ਜ਼ੇਰਿਆਂ ਦਾ ਤੇ ਮਾਸ਼ਾਅੱਲਾ ਕਿਵੇਂ ਲੱਗੀ ਸਾਰੀ ਫਸਲ ਇਹ ਕਣਕ ਲਾਸਟ ਬੀਜੀ ਜੀ ਬੜੀ ਥੋੜ੍ਹੀ ਛੋਟੀ ਹੈ ਉਹ ਦੇਖ ਸਕਦੇ ਵੇ ਕਿਤਨੀ ਹਰਿਆਲੀ ਨਜ਼ਰ ਦੀ ਵੀ ਉਹ ਮਾਸ਼ਾਅੱਲਾ ਬਹੁਤ ਜ਼ਿਆਦਾ ਕਣਕ ਉੱਚੀ ਹੈ ਬਹੁਤ ਹੀ ਨਾੜੀ ਦੇ ਖੜੀ ਹੈ ਔਰ ਇਹ ਜੀ ਕਣਕ ਜਿਹੜੀ ਹੈ ਕਮ ਸੇ ਕਮ 50-60 ਮਣ ਔਸਤ ਤੇ ਆਉਂਦੀ ਹੈ ਤੇ ਵਲਤੋਕ ਵਿਲੋਕ ਜਹਾਰ ਵਿਲੋਕ ਦਿਖੇ ਦੇ ਰਾਸੂ ਮਾਸ਼ਾਅੱਲਾ ਕਿਤਨੀ ਔਸਤ ਹਾਲ ਤਾਂ ਛੋਟੀ ਹੈ ਵੱਡੀ ਥੀ ਸੀ ਵਲਤੋਕ ਦਿਖੇ ਬੈਸਟ ਐਂਡ ਬੈਸਟ ਤੋ ਤੇ ਬੱਚੂ ਇਹ ਪਾਣੀ ਦੁਬਾਰਾ ਨਹੀਂ ਲੁਣਾ ਇਹ ਤਰ੍ਹਾਂ ਤਾਂ ਛੁੱਟੀ ਕਰਾ ਦੇਵਣੀ ਮੈਂ ਬੰਦਾ ਬੜਾ ਖਤਰਨਾਕ ਆ ਤੇ ਯਾਰ ਇਹਤਿਆਤ ਨਾਲ ਕਰਨਾ ਚਾਹੀਦਾ ਸਹੀ ਤਰ੍ਹਾਂ ਬੰਨ ਸਹੀ ਤਰ੍ਹਾਂ ਬੰਨ ਐਵੇਂ ਵਾਓ ਵਾਓ ਬੜੀ ਸਪੀਡ ਦਾ ਪਾਣੀ ਲੱਗਦਾ ਕਾਫੀ ਦੇਰ ਦਾ ਲੁੜਾ ਹੈ ਐਵੇਂ ਨਾ ਸੁਪਨਾ ਹੀ ਮਾਸ਼ਾਅੱਲਾ ਇਹ ਸਭ ਤੋਂ ਟਾਪ ਵਿੱਚ ਕਲਰ ਹੈ ਚਾਪੜੀ ਕਣਾ ਕੀ ਹੈ ਐਵੇਂ ਨਾ ਬੱਕਰ ਮਾਸ਼ਾਅੱਲਾ ਬਹੁਤ ਟਾਪ ਵਿੱਚ ਇਹਦੇ 'ਚ ਗਵਾਰ ਹੈ ਨਾ ਇਸ ਵਜ੍ਹਾ ਤੋਂ ਬੜੀ ਟਾਪ ਵਿੱਚ ਹੈ ਅਤੇ ਬੀਆਂ ਦਾ ਮਾਸ਼ਾਅੱਲਾ ਰੰਗ ਠੀਕ ਹੈ ਅਲਬੱਤਾ ਲੇਕਿਨ ਇਸ ਦਾ ਸਾਰਿਆਂ ਨਾਲ ਬੈਸਟ ਬਲੈਕ ਕਲਰ ਅੱਛੀ ਹੈ ਨੀਲੀ ਬਿਲਕੁਲ ਮੈਂ ਆਪਣੇ ਨਾਮ ਲਿਖੇ ਸੀ ਜ਼ੈਡ ਬਈ ਤੋ ਮਾਸ਼ਾਅੱਲਾ ਜ਼ੈਡ ਤੋਂ ਜ਼ੈਦ ਸ਼ੁਰੂ ਹੁੰਦਾ ਹੈ ਤੋ ਬੀ ਤੂੰ ਸਾਡੀ ਕੌਮ ਹੈ ਬੂਟਾ ਤੋ ਬੂਟਾ ਸ਼ੁਰੂ ਥੀਂਦਾ ਹੈ ਬੀ ਤੂੰ ਇੱਕ ਦੇਖ ਸਕਦੇ ਵੇ ਦੇਖੋ ਬੀ ਜ਼ੈਡ ਕਾਫੀ ਵੱਡਾ ਥਿਆ ਪਿਆ ਮਾਸ਼ਾਅੱਲਾ ਔਰ ਇਹ ਚੈੱਕ ਕਰ ਸਕਦੇ ਇਹ ਦੇਖੋ ਕਿੰਨਾ ਪਿਆਰਾ ਹੈ ਔਰ ਕਾਫੀ ਵੱਡਾ ਥੀ ਗਿਆ ਤੋ ਇਹ ਚੀਜ਼ ਦਿਖਾਉਣਾ ਚਾਹੁੰਦਾ ਹਾਂ ਠੀਕ ਹੋ ਗਿਆ ਇਹ ਇਹ ਕਿਆਰਾ ਥੀ ਵੇ ਸੀ ਇਸ ਤੋਂ ਬਾਅਦ ਪਿਛਲੀ ਖਾ ਲਈ ਦੇਣਾ ਇਹ ਤਾਂ ਹਾਲੀ ਸਿੰਨੀ ਪਈ ਹੈ ਕਿਉਂ ਲੈਂਦੇ ਪਏ ਵੇ ਦੇਖੋ ਬਿਲਕੁਲ ਸਿੰਨੀ ਪਈ ਹੈ ਕੱਲ੍ਹ ਜਿਵੇਂ ਅੱਛਾ ਇਹ ਅੱਜ ਤੱਕ ਪੀਛੀ ਪਈ ਹੈ ਅੱਛਾ ਅੱਛਾ ਮੈਂ 10 ਦਿਨ ਬਾਅਦ ਆਇਆ ਨਾ ਮੇਰੇ ਕੋਲ ਪਤਾ ਕਰਨਾ ਅੱਛਾ 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 ਕੋਨੀ ਕੋਨੀ ਮੱਸਾ ਤੋਰ ਇਹ ਅੱਜ ਸ਼ਾਮ ਤੱਕ ਖਾ ਲਈ ਗਈ ਨਾ ਤਾਂ ਅੱਜ ਮੇਰੀ ਲੜਾਈ ਹੋ ਗਈ ਨਹੀਂ ਤੇ ਬੈਸਟ ਇਨਸ਼ਾਅੱਲਾ ਹਾਂ ਇਹ ਖਾਲੀ ਗਾਰਡ ਤੇ ਆਪਾਂ ਤੁੰਨ ਗਾਰਡ ਦੇਵਣੀ ਔਰ ਉਸ ਤੋਂ ਬਾਅਦ ਪਰਲੀ ਲਾਉਣੀ ਹੈ ਤੇ ਗੱਡੀ ਆਪਣੀ ਆਈ ਖੜੀ ਹੈ ਮਾਸ਼ਾਅੱਲਾ ਮੈਂ ਲੈ ਕੇ ਆਇਆ ਟੈਂਕੀ ਫੁੱਲ ਡੀਜ਼ਲ ਦੀ ਡਰਮ ਪਿੱਛੇ ਲਾਦੇ ਆਇਆ ਇਹ ਸਾਰੀ ਰਾਤ ਚਲਾਉਣੀ ਬੰਦ ਨਹੀਂ ਕਰਨੀ ਸਵੇਰੇ ਦੀਂ ਦੇ 10 ਵਜੇ ਬੰਦ ਕਰਨੀ ਹੈ ਠੀਕ ਹੋ ਗਿਆ ਉੱਚਾ ਬੋਲ ਠੀਕ ਹੈ ਹਾਂ ਆਪ ਵੀਡੀਓ ਸੁਣੀ ਜਾ ਵੀ ਲੋਕ ਐਚ ਵੀ ਕਿਉਂਕਿ ਵੀਵਜ਼ਰ ਕੋ ਪਤਾ ਲੱਗੇ ਨਾ ਵੀ ਜੀ ਜੀ ਪਿੱਛੂ ਕਰਦੇ ਠੀਕ ਹੋ ਗਿਆ ਲਵ ਯੂ ਹੋ ਗਿਆ ਅਗਲੇ ਵਲੋਗ ਵਿੱਚ ਤੁਹਾਨੂੰ ਮਿਲਸੂ ਇਨਸ਼ਾਅੱਲਾ ਅਸਾਂ ਕਿਵੇਂ ਹੈ ਤੇ ਕਿਵੇਂ ਨਹੀਂ ਹੈ ਠੀਕ ਹੈ ਚੱਲਦਾ ਰਹਾ ਸੀ ਲਵ ਯੂ ਆਈ ਲਵ ਯੂ